ਫਾਈਟਰ ਕਦੇ ਗਿਣਤੀਆਂ ਮਿੰਟੀਆਂ ਨਹੀਂ ਕਰਦੇ ਤੇ ਗਿਣਤੀਆਂ ਮਿੰਟੀਆਂ ਕਰਨ ਵਾਲੇ ਫਾਈਟਰ ਨਹੀਂ ਹੁੰਦੇ ਨਵਜੋਤ ਸਿੰਘ ਸਿੱਧੂ ਦੇ ਲਫਜ਼ ਲਮਕ ਵਿੱਚ ਹੋ ਰਿਹਾ ਤੇ ਆਤਮ ਵਿਸ਼ਵਾਸ ਡਗਮਗਾ ਰਿਹਾ ਸਿੱਧੂ ਸ਼ੈਲੀ ਚ ਮਾਲਕਤਾ ਮਿਸਿੰਗ ਹੈ ਬੇਹਾਪਣ ਜ਼ਿਆਦਾ ਹੈ ਇਹ ਵਕਤ ਦਾ ਅਸਰ ਹੈ ਜਾਂ ਇਹ ਹੀ ਹੋਈ ਅਸਲ ਸਿੱਧੂ ਸੀ ਬਹੁਤ ਵੱਡੇ ਸਵਾਲ ਨੇ ਪਾਤਰ ਦੀਆਂ ਉਹ 17 ਕਿ ਇਹ ਜੋ ਰੰਗਾ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਤੇ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਹਵਾ 'ਚ ਲਿਖੇ ਜੋ ਹਰਫ ਉਹੀ ਸਦਾ ਲਿਖੇ ਰਹਿਣਗੇ ਸਿੱਧੂ ਦਾ ਸਟਾਈਲ ਸੀ ਉਹ ਬਲਦੇ ਹੱਥਾਂ ਵਾਲਾ ਸੀ ਤੇ ਲੋਕ ਧੜਾ ਧੜ ਹੱਥਾਂ ਤੇ ਚੁੱਕਦੇ ਰਹੇ ਮੈਂ ਥੋੜਾ ਜਿਹਾ ਪੇਸ਼ਾਨੂ ਚਾਤੀ ਮਾਰਦਾ ਤਾਂ ਬਹੁਤ ਸਾਰੀਆਂ ਆਫਰਸ ਸਿੱਧੂ ਲਈ ਐ ਸਾਹਮਣੇ ਉਹ ਮਿਲਦੀਆਂ ਸੀ ਉਹਨਾਂ ਨੂੰ ਮਿਲਣ ਦੀ ਤਾੰਗ ਵਿੱਚ ਵੱਡੇ ਲੀਡਰ ਕਤਾਰ ਬੰਨ ਖੜੇ ਰਹੇ ਲੇਕਿਨ ਸਿੱਧੂ ਉਪਲਬਧ ਨਹੀਂ ਸੀ ਸਿੱਧੂ ਕਿਸੇ ਹੋਰ ਜਮਾ ਜੋੜ ਚ ਸੀ ਅੱਜ ਇੱਕ ਵਾਰੀ ਫਿਰ ਜਦੋਂ ਨਵੀਂ ਸਕ੍ਰਿਪਟ ਲਿਖੀ ਜਾ ਰਹੀ ਸੀ ਸਿੱਧੂ ਨੂੰ ਆਸਾਮ ਔਰ ਬੰਗਾਲ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਉਪਲਬਧ ਤਰਨ ਲਈ ਕਿਹਾ ਸਿੱਧੂ ਇੱਕ ਵਾਰੀ ਆਪਣੀ ਭਰੋਸੇਯੋਗਤਾ ਦਿਖਾ ਸਕਦੇ ਸੀ ਲੇਕਿਨ ਜਮਾ ਜੋੜ ਦੀ ਰਾਜਨੀਤੀ ਨੇ ਜਿੱਦ ਦੀ ਰਾਜਨੀਤੀ ਨੇ ਜਿੱਦ ਦੇ ਸੁਭਾਅ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਹਾਸ਼ੀਏ ਤੇ ਖੜਾ ਕਰਤਾ ਹੈ ਸਿੱਧੂ ਵੱਲੋਂ ਬੈਟਿੰਗ ਕਰਨ ਵਾਲੇ ਸਿੱਧੂ ਲਈ ਲੜਨ ਵਾਲੇ ਆਖਰ ਕਿੰਨੀ ਦੇਰ ਲੜਨਗੇ ਜਦੋਂ ਕੋਈ ਆਪ ਹੀ ਅੱਗੇ ਨਾ ਤੁਰਨਾ ਚਾਹੂਗਾ ਸੋ ਜਿਹੜੀ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਹੈ ਜਾਂ ਤਾਂ ਉਹ ਨਿੱਜੀ ਤੌਰ ਤੇ ਇਹ ਚਾਹੁੰਦੇ ਆ ਕਿ ਹਾਲਾਤ ਇੰਜ ਦੇ ਬਣ ਜਾਣ ਮੇਰੇ ਤੇ ਦੋਸ਼ ਨਾ ਆਵੇ ਕਿ ਮੈਂ ਕਾਂਗਰਸ ਛੱਡਤੀ ਖੁਦ ਬਖੁਦ ਮਾਹੌਲ ਐਸਾ ਬਣ ਜੇ ਕਿ ਮੈਂ ਕਾਂਗਰਸ ਦੇ ਵਿੱਚੋਂ ਬਾਹਰ ਨਜ਼ਰ ਆਵਾਂ ਤੇ ਫਿਰ ਕਿਸੇ ਨਵੇਂ ਫੈਸਲੇ ਲਈ ਅੱਗੇ ਵਧਾਂ ਬਾਰ ਬਾਰ ਪਾਰਟੀਆਂ ਬਦਲਣ ਦਾ ਲੱਗਣ ਵਾਲਾ ਦੋਸ਼ ਉਹਦੇ ਤੋਂ ਬਚਿਆ ਜਾ ਸਕੇ ਉਹ ਤੋਂ ਸੁਰਖਰੂ ਰਵਾਂ ਜਾਂ ਨਵਜੋਤ ਸਿੰਘ ਸਿੱਧੂ ਇੰਨੇ ਕਮਜ਼ੋਰ ਨੇ ਕਿ ਫੈਸਲਾ ਲੈਣ ਦੀ ਸਥਿਤੀ 'ਚ ਨਹੀਂ ਦੁਬਦਾ 'ਚ ਨੇ ਦੁਚਿੱਤੀਆਂ 'ਚ ਨੇ ਕਾਂਗਰਸ ਹਾਈ ਕਮਾਂਡ ਔਰ ਕਾਂਗਰਸ ਹਾਈ ਕਮਾਂਡ ਦੇ ਦੋ ਅਹਿਮ ਜੀ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੋਨੇ ਨਵਜੋਤ ਸਿੰਘ ਸਿੱਧੂ ਲਈ ਖੜੇ ਨਜ਼ਰ ਆਉਂਦੇ ਰਹੇ ਲekin ਜਦੋਂ ਹਾਈ ਕਮਾਂਡ ਜ਼ਰੂਰਤ ਮਹਿਸੂਸ ਕਰਦੀ ਹੈ ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਦੀ ਕ੍ਰੈਡੀਬਿਲਟੀ ਨੂੰ ਦਾਦੇ ਲੱਗੀਆਂ ਦੇਖਦੇ ਆ ਕਿ ਉਹ ਕਾਂਗਰਸ ਵੱਲੋਂ ਦੋ ਦਾਦੇ ਲੱਗੀਆਂ ਸਟੇਟਸ ਦੇ ਵਿੱਚ ਪ੍ਰਚਾਰ ਲਈ ਨਹੀਂ ਜਾ ਰਹੇ ਅਜੇ ਤੱਕ ਕਿੰਨੇ ਰਾਉਂਡ ਦੀ ਇਲੈਕਸ਼ਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਦਾਰ ਦੇ ਨਜ਼ਰ ਆਏ ਐਸੇ ਵਿੱਚ ਹਾਈ ਕਮਾਂਡ ਸਿੱਧੂ ਲਈ ਕੋਈ 네ਗੋਸ਼ੀਏਸ਼ਨ ਕਿਵੇਂ ਕਰੂਗੀ ਸਟੇਟ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਕੈਪਟਨ ਅਮਰਿੰਦਰ ਸਿੰਘ ਪ੍ਰਭਾਵਸ਼ਾਲੀ ਆਗੂ ਨੇ ਸਟੇਟ 'ਚ ਉਹਨਾਂ ਨੂੰ ਕੋਈ ਖਤਰਾ ਨਜ਼ਰ ਨਹੀਂ ਆਉਂਦਾ ਲੇਕਿਨ ਜਿਸ ਤਰ੍ਹਾਂ ਦੀਆਂ ਪਰਸਤਿਤੀਆਂ ਬਣੀਆਂ ਨਵਜੋਤ ਸਿੰਘ ਸਿੱਧੂ ਪਾਵਰਫੁੱਲ ਹੋਣ ਦੇ ਬਾਵਜੂਦ ਕੈਪਟਨ ਨੂੰ ਹਲਾ ਤੱਕ ਨਹੀਂ ਸਕੇ ਇਸ ਮੌਕੇ ਜਦੋਂ ਇਲੈਕਸ਼ਨ ਸਿਰ ਤੇ ਆ ਔਰ ਉਹ ਹਾਈ ਕਮਾਂਡ ਨੂੰ ਨਾਰਾਜ਼ ਕਰਨ ਤੱਕ ਪਹੁੰਚ ਗਿਆ ਹੁਣ ਹੁਣ ਨਵਜੋਤ ਸਿੰਘ ਸਿਰਦੋਲੀ ਕਿਹੜੀ ਜਗ੍ਹਾ ਬਚੀ ਸਾਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਆਮ ਬਸ਼ਰ ਨਹੀਂ ਫਰਕ ਪੈਂਦਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਰਹਿਣ ਜਾਂ ਬਾਹਰ ਰਹਿਣ ਲੇਕਿਨ ਇਸ ਫਰਕ ਦੇ ਨਾਲ ਲੋਕ ਅੱਗੇ ਤੁਰਦੇ ਰਿਹਾ ਕਿ ਕੋਈ ਸਹਿਰਦ ਲੋਕ ਸਟੇਟ ਲਈ ਖੜੇ ਹੋਣ ਉਹ ਕਾਂਗਰਸ ਜਮਾਤ ਹੋਵੇ ਅਕਾਲੀ ਦਲ ਜਿਹੜਾ ਸਦਾ ਸਟੇਟ ਲਈ ਖੇਤਰੀ ਪਾਰਟੀ ਬਜੋਂ ਲੜਦਾ ਰਿਹਾ ਉਹਦੇ ਵਿੱਚ ਚੰਗੇ ਲੋਕਾਂ ਦਾ ਬਣੇ ਰਹਿਣਾ ਬੜਾ ਜ਼ਰੂਰੀ ਕਿਉਂਕਿ ਘੁੜਮੁੜ ਕੇ ਸੱਤਾ ਇਹਨਾਂ ਹੱਥਾਂ 'ਚ ਹੀ ਜਾ ਰਹੀ ਸੀ ਤੇ ਜੇ ਵਾਗਡੋਰ ਕਿਸੇ ਬੇਤਰ ਬੰਦੇ ਦੇ ਹੱਥ 'ਚ ਹੁੰਦੀ ਤੇ ਉਹਦੇ ਨਾਲ ਸਟੇਟ ਨੂੰ ਬੈਨੀਫਿਟ ਮਿਲਦਾ ਅਦਰਵਾਈਜ਼ ਕਿਸੇ ਮੇਰੇ ਵਰਗੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸੱਤਾ ਤੇ ਕੌਣ ਹੈ ਕੁਰਸੀ ਤੇ ਕੌਣ ਬੈਠਾ ਹੈ ਕਿਉਂਕਿ ਥੱਲੇ ਤਾਂ ਫੈਸਲਿਆਂ ਦਾ ਅਸਰ ਨਜ਼ਰ ਹੀ ਨਹੀਂ ਆ ਰਿਹਾ ਸਾਲਾਂ ਤੋਂ ਪੰਜਾਬ ਇੱਕੋ ਤਰ੍ਹਾਂ ਦੇ ਹਾਲਾਤ ਵਿੱਚੋਂ ਲੰਘਦਾ ਨਜ਼ਰ ਆਉਂਦਾ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਦੀ ਉਮੀਦ ਬਣ ਕੇ ਸਾਹਮਣੇ ਆਉਂਦਾ ਹੈ। ਨਵਜੋਤ ਸਿੰਘ ਸਿੱਧੂ ਬਾਰ-ਬਾਰ ਆਖਦੇ ਰਹੇ ਨੇ ਕਿ ਮੈਂ ਪੰਜਾਬ ਬਦਲਣ ਲਈ ਖੜ੍ਹਾ ਹਾਂ। ਮੈਂ ਪੰਜਾਬ ਨੂੰ ਇਮਾਨਦਾਰੀ ਨਾਲ ਲੀਡ ਕਰਕੇ ਇਹਦੇ ਵਿੱਚ ਸਿਫਤੀ ਤਬਦੀਲੀਆਂ ਲਿਆ ਸਕਦਾ ਹਾਂ। ਕਈ ਮੁੱਦਿਆਂ ਦੇ ਉੱਤੇ ਉਹ ਦਮ ਦਿਖਾਉਂਦੇ ਰਹੇ ਆ। ਹਾਲਾਂਕਿ ਉਹ ਸਾਰੇ ਮੁੱਦੇ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਸੀ ਆਉਂਦੇ, ਉਹ ਮੇਰੇ ਜਾਂ ਕਿਸੇ ਹੋਰ ਆਮ ਬੇਕਤੀ ਦੇ ਸੁਪਨੇ ਵਰਗੇ ਹੀ ਸੀ। ਤੁਸੀਂ ਬਾਹਰ ਰਹਿ ਕੇ ਸਮੁੰਦਰ ਦੀ ਗਹਿਰਾਈ ਨੂੰ ਮਾਪਣ ਦਾ ਯਤਨ ਕਰੋਗੇ ਇਹਨੂੰ ਅਹਿਮ ਕੰਨਾ ਨਹੀਂ ਕਵਾਂਗੇ ਹੋਰ ਕੀ ਕਵਾਂਗੇ ਇਸ ਵੇਲੇ ਸਥਿਤੀ ਨਾਜ਼ੁਕ ਸੀ ਔਰ ਲੋਕ ਚਾਹੁੰਦੇ ਸੀ ਕਿ ਕਿਸੇ ਪੱਤਰ ਤੇ ਕੋਈ ਸੁਹਿਰਦ ਬੰਦਾ ਅਗਵਾਈ ਲਈ ਅੱਗੇ ਵਧੇ ਔਰ ਉਹ 117 ਹਲਕਿਆਂ ਚ ਇਮਾਨਦਾਰ ਲੋਕਾਂ ਦੀ ਟੀਮ ਚੁਣ ਸਕੇ ਜਿਹੜੀ ਇੱਕ ਬਿਹਤਰ ਸਰਕਾਰ ਬਣਾ ਕੇ ਬਿਹਤਰ ਫੈਸਲਿਆਂ ਨਾਲ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਤਬਦੀਲੀ ਲਿਆ ਸਕੇ ਸਿੱਧੂ ਉਸ ਉਮੀਦ ਨੂੰ ਬਣਾ ਕੇ ਤੋੜਦੇ ਨਜ਼ਰ ਆ ਰਹੇ ਨੇ ਐਸਾ ਲੋਕਾਂ ਦਾ ਮੰਨਣਾ ਇਹ ਵਿਸ਼ਵਾਸ ਬਣਦਾ ਜਾ ਰਿਹਾ ਸੋ ਹੁਣ ਜਿਹੜੀਆਂ ਪਰਸਥਿਤੀਆਂ ਸਾਹਮਣੇ ਆਉ ਮਿਲਦੀਆਂ ਨੇ ਉਹਦੇ ਚ ਇੰਜ ਲੱਗ ਰਿਹਾ ਕਿ ਸਿੱਧੂ ਆਪਣੀ ਇੱਛਾ ਨਾਲ ਚਾ ਰਹੇ ਨੇ ਕਿ ਕਾਂਗਰਸ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਵੇ ਜਾਂ ਇੰਨਾ ਤਰਕਨਾਰ ਕਰਦੇ ਇੰਨਾ ਅਗਨੋਰ ਕਰਦੇ ਕਿ ਉਹ ਕਾਂਗਰਸ ਨੂੰ ਛੱਡਣ ਲਈ ਮਜਬੂਰ ਹੋਣ ਔਰ ਉਹਨਾਂ ਦੇ ਉੱਤੇ ਇਲਜ਼ਾਮ ਵੀ ਲਾਵੇ ਕਿ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਉਹ ਪਾਰਟੀਆਂ ਬਦਲਣ ਲਈ ਜਾਣੇ ਜਾਣ। ਕਾਂਗਰਸ ਹਾਈ ਕਮਾਂਡ ਦੀ ਇਸ ਅਸਾਈਨਮੈਂਟ ਤੋਂ ਬਾਅਦ ਦੋ ਰਾਜਾਂ ਦੇ ਵਿੱਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਲੇਕਿਨ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਡਿਮਾਂਡ ਵਿੱਚ ਨਹੀਂ ਦੂਜੇ ਸੂਬਿਆਂ ਦੇ ਵਿੱਚ ਜਾਂ ਉੱਥੇ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਦੂਜੇ ਸੂਬੇ ਦਾ ਮੁੱਖ ਮੰਤਰੀ ਪ੍ਰਚਾਰ ਕਰਨ ਲਈ ਆਵੇ। ਸੈਲੀਬ੍ਰਿਟੀ ਸ਼ਬਦ ਗੁਣਤੀ ਵਾਲੇ ਲੋਕ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਸਟਾਈਲ ਲੋਕ ਪਸੰਦ ਕਰਦੇ ਆ ਔਰ ਸਿੱਧੂ ਉਹਨਾਂ ਲੋਕਾਂ 'ਚ ਖੁਸ਼ਕਿਸਮਤੀ ਹੈ ਸਿੱਧੂ ਦੀ ਕਿ ਉਹਨਾਂ ਦੀ ਹਸਤੀ 'ਚ ਇਹ ਗੁਣ ਨੇ ਇਹ ਮੀਰੀ ਗੁਣ ਨੇ ਕਿ ਉਹਨਾਂ ਦੀ ਮੰਗ ਹੈ ਲੇਕਿਨ ਉਹ ਲੋਕਾਂ ਦੀ ਮੰਗ ਤਾਂ ਛੱਡੋ ਆਪਣੀ ਹਾਈ ਕਮਾਂਡ ਜਿਹਦਾ ਉਦੰਮ ਭਰਦੇ ਰਿਹਾ ਜਿਹਦੀਆਂ ਜਿਹਦੇ ਨਾਲ ਰਿਸ਼ਤਿਆਂ ਦੀ ਅਕਸਰ ਬਾਤ ਪਾਉਂਦੇ ਰਿਹਾ ਜੇਕਰ ਇਹ ਉਹਨੂੰ ਵੀ ਦਰਕਨਾਰ ਕਰਦੇ ਨੇ ਇਹਦਾ ਮਤਲਬ ਕਿ ਉਹ ਇਸ ਜਮਾਤ ਵਿੱਚ ਬਹੁਤੀ ਦੇਰ ਰਹਿਣ ਦਾ ਮਨ ਨਹੀਂ ਰੱਖਦੇ ਜਾਂ ਉਹ ਫੈਸਲਾ ਕਰ ਚੁੱਕੇ ਆ ਕਿ ਇੱਥੇ ਇਹ ਇਨਿੰਗ ਖਤਮ ਹੋਣ ਵਾਲੀ ਐ ਜੇਕਰ ਇਹ ਇਨਿੰਗ ਖਤਮ ਹੋਣ ਵਾਲੀ ਆ ਤਾਂ ਕੁਝ ਮਹੀਨਿਆਂ ਬਾਅਦ ਪੰਜਾਬ ਇੱਕ ਵਾਰੀ ਮੁੜ ਇਲੈਕਸ਼ਨ 'ਚ ਸ਼ਾਮਲ ਹੋ ਰਿਹਾ ਉਦੋਂ ਤੱਕ ਸਿੱਧੂ ਕੋਲ ਬਦਲਵੇਂ ਬਦਲ ਕੀ ਨੇ ਜੇਕਰ ਸਿੱਧੂ ਸਟੇਟ ਨੂੰ ਕੋਈ ਬਿਹਤਰ ਦਿਸ਼ਾ ਦੇਣੀ ਚਾਹੁੰਦੇ ਆ ਤੇ ਕਿਸ ਪਲੇਟਫਾਰਮ ਤੋਂ ਦੇਣਗੇ ਕਿ ਉਹਨਾਂ ਦੀ ਕਿਸੇ ਹੋਰ ਪਾਰਟੀ ਨਾਲ ਗੱਲ ਚੱਲ ਰਹੀ ਆ ਲੇਕਿਨ ਇਹ ਬੜਾ ਵੱਡਾ ਸਵਾਲ ਹੋਊਗਾ ਕਿ ਉਹ ਜਿਸ ਵੀ ਪਾਰਟੀ 'ਚ ਜਾਣਾ ਚਾਹਣਗੇ ਉਹਦੇ ਜਿਹੜੇ ਕਰਤਾ ਤਰਤਾ ਹੋਣਗੇ ਬੇਸ਼ੱਕ ਉਹ ਆਮ ਆਦਮੀ ਪਾਰਟੀ ਜਾਂ ਇਸ ਵੇਲੇ ਬੀਜੇਪੀ ਲਈ ਤਾਂ ਕੋਈ ਸੋਚ ਵੀ ਨਹੀਂ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਆ ਪੰਜਾਬ 'ਚ ਲੇਕਿਨ ਜੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜਿਹੜੇ ਕਿ ਹਮੇਸ਼ਾ ਅਸੁਰੱਖਿਅਤ ਮਹਿਸੂਸ ਕਰਦੇ ਆ ਇਨਸਿਕਿਉਰ ਰਹਿੰਦੇ ਆ ਪਰਸਨੈਲਿਟੀਆਂ ਤੋਂ ਉਹ ਸਿੱਧੂ ਨੂੰ ਕਿਵੇਂ ਬਰਦਾਸ਼ਤ ਕਰਨਗੇ ਜਾਂ ਉਹ ਸਿੱਧੂ ਦੇ ਪੁਰਾਣੇ ਰਿਕਾਰਡ ਨੂੰ ਧਿਆਨ 'ਚ ਰੱਖ ਕੇ ਕਿਵੇਂ ਦਾਵਾ ਕਰ ਸਕਣਗੇ ਕਿ ਸਿੱਧੂ ਉਹਨਾਂ ਨਾਲ ਦੇਰ ਤੱਕ ਨਿਭ ਸਕਣਗੇ ਇਹ ਕੋਈ ਐਗਰੀਮੈਂਟ ਤਾਂ ਹੁੰਦੇ ਨਹੀਂ ਕਿ ਤੁਸੀਂ ਕਿੰਨੇ ਸਾਲਾਂ ਤੱਕ ਕਿਸੇ ਨਾਲ ਬਾਉਂਡ ਭਰਦੇ ਹੋਗੇ ਤਾਂ ਜਾਂ ਛੱਡ ਨਹੀਂ ਸਕੋਗੇ ਇਸ ਗੱਲ ਦੀ ਵੀ ਕੀ ਗਾਰੰਟੀ ਹੈ ਕਿ ਤੁਹਾਨੂੰ ਅੱਜ ਕੋਈ ਪ੍ਰੋਮਿਸ ਕਰਕੇ ਕੱਲ ਨੂੰ ਮੁੱਖ ਮੰਤਰੀ ਜਾਂ ਹੋਰ ਮਨਪੌਂਦਾ ਅਹੁਦਾ ਪ੍ਰੋਮਿਸ ਕਰਕੇ ਵੀ ਦੇਵੇ ਸੋ ਕੇਜਰੀਵਾਲ ਔਰ ਨਵਜੋਤ ਸਿੰਘ ਸਿੱਧੂ ਲਈ ਐਸੀ ਹੀ ਸਥਿਤੀ ਹੈ ਕਿ ਇੱਕ ਦੂਜੇ ਤੇ ਵਿਸ਼ਵਾਸ ਕਿਉਂ ਕਰਨ ਜਦੋਂ ਕਿ ਅਤੀਤ ਵਿੱਚ ਇੱਕ ਦੂਜੇ ਨਾਲ ਤਣਾਤਣੀ ਚ ਰਹੇ ਹੋਣ ਮੀਟਿੰਗਸ ਤੇ ਦੌਰ ਚੱਲਦੇ ਰਹੇ ਹੋਣ ਨਤੀਜੇ ਕੋਈ ਨਾ ਨਿਕਲੇ ਹੋਣ ਇੱਕ ਦੂਜੇ ਤੇ ਦੋਸ਼ਣਬਾਜ਼ੀ ਕੀਤੀ ਹੋਵੇ ਇਹਦੇ 'ਚ ਕੋਈ ਦੋਰਾਮਾ ਨਹੀਂ ਹਾਲਾਂਕਿ ਇਹ ਵੱਡਾ ਸੱਚ ਆ ਕਿ ਰਾਜਨੀਤੀ 'ਚ ਕੋਈ ਪੱਕਾ ਦੋਸਤ ਨਹੀਂ ਹੁੰਦਾ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ ਲੇਕਿਨ ਰਾਜਨੀਤੀ ਇੰਨੀ ਸਿੱਧੀ ਵੀ ਨਹੀਂ ਕਿ ਉਹਨੂੰ ਇੰਨੀ ਆਸਾਨੀ ਨਾਲ ਸਮਝਿਆ ਜਾ ਸਕੇ ਪੁਰਾਣੇ ਦੌਰ ਦੇ ਪਰਖੇ ਰਿਸ਼ਤੇ ਮੁੜ ਕੇ ਪਰਖੇ ਚ ਪਾਏ ਜਾ ਸਕਣ ਕੇਜਰੀਵਾਲ ਔਰ ਨਵਜੋਤ ਸਿੰਘ ਸਿੱਧੂ ਦੋਨਾਂ ਦੀਆਂ ਹਸਤੀਆਂ ਨੂੰ ਨੇੜਿਓਂ ਜਾਣਨ ਵਾਲਿਆਂ ਨੂੰ ਦੂਰੋਂ ਜਾਣਨ ਵਾਲਿਆਂ ਨੂੰ ਵੀ ਪਤਾ ਹੈ ਕਿ ਸਿੱਧੂ ਔਰ ਕੇਜਰੀਵਾਲ ਬੇਯਕੀਨੀ ਦੇ ਵਾਤਾਵਰਨ ਚ ਫਿਰਦੇ ਸੋ ਕਾਂਗਰਸ ਨਹੀਂ ਤਾਂ ਆਮ ਆਦਮੀ ਪਾਰਟੀ ਜੇ ਆਮ ਆਦਮੀ ਪਾਰਟੀ ਵੀ ਨਹੀਂ ਤਾਂ ਫਿਰ ਅਕਾਲੀ ਦਲ ਤਾਂ ਹਰਗੱਜ ਨਹੀਂ ਜਿਹਦੇ ਨਾਲ ਉਹਨਾਂ ਦਾ 36 ਦਾ ਅੰਕੜਾ ਰਿਹਾ ਜਿਹਦੇ ਕਾਰਨ ਉਹ ਬੀਜੇਪੀ ਛੱਡਦੇ ਸਿੱਧੂ ਕੋਲ ਕੁੱਲ ਮਿਲਾ ਕੇ ਇੱਕ ਹੀ ਰਾਹ ਬਚਦਾ ਹੈ ਕਿ ਉਹ ਬਿਨਾਂ ਦੇਰੀ ਕੀਤਿਆਂ ਆਪਣਾ ਪਲੈਟਫਾਰਮ ਸਰਜੀਤ ਕਰਨ ਬਣਾਉਣ ਤੇ ਉੱਥੋਂ ਪੰਜਾਬ ਲਈ ਇੱਕ ਏਜੰਡਾ ਸੈੱਟ ਕਰਕੇ ਅੱਗੇ ਤੁਰਨ ਇਸ ਤੋਂ ਬਿਨਾਂ ਸਿੱਧੂ ਕੋਲ ਕੋਈ ਰਸਤਾ ਨਹੀਂ ਬਚਦਾ ਨਵਜੋਤ ਸਿੰਘ ਸਿੱਧੂ ਲਈ ਇਹੀ ਇੱਕੋ ਇੱਕ ਰਾਹ ਹੈ ਜਿਸ ਰਾਤ ਤੇ ਉਤਰਨ ਲਈ ਦੁਬਦਾਚ ਨੇ ਅਜੇ ਤੱਕ ਉਹਨਾਂ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਇਸ ਰਾਤ ਤੇ ਤੁਰਨਾ ਚਾਹੁੰਦੇ ਆ ਮੇਰੇ ਸ਼ੁਰੂਆਤੀ ਸ਼ਬਦ ਕਿ ਫਾਈਟਰ ਗਿਣਤੀਆਂ ਮਿੰਟੀਆਂ ਨਹੀਂ ਕਰਦੇ ਤੇ ਗਿਣਤੀਆਂ ਮਿੰਟੀਆਂ ਦੇ ਵਿੱਚੋਂ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਸੋ ਮੈਨੂੰ ਇੰਜ ਲੱਗਦਾ ਕਿ ਸਿੱਧੂ ਸ਼ਾਇਦ ਵੱਡੀ ਲੜਾਈ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਤੇ ਜੇ ਤਿਆਰ ਨਹੀਂ ਸੁਪਨਾ ਕਿਉਂ ਵਿਖਾਉਂਦੇ ਆ ਇੱਕ ਸਪੇਸ ਗ੍ਰੈਬ ਕਰਕੇ ਕਿਉਂ ਬੈਠਿਆ ਕਿ ਲੋਕ ਉਮੀਦ ਨਾਲ ਕਿ ਸਿੱਧੂ ਸਿੱਧੂ ਔਰ ਸਿੱਧੂ ਸਾਡੇ ਵਰਗੇ ਲੋਕ ਜਿਹੜੇ ਸੱਚਮੁੱਚ ਇਸ ਵਿਸ਼ੇ ਤੋਂ ਉਕਤਾ ਚੁੱਕੇ ਨੇ ਉਹ ਇਹਨੂੰ ਹੱਥ ਚ ਲੈਣ ਲੱਗਿਆਂ 100 ਵਾਰੀ ਸੋਚਦੇ ਕਿ ਆਖਰ ਇੰਨੀ એનર્ਜੀ ਵੇਸਟ ਕਿਉਂ ਕੀਤੀ ਜਾਵੇ ਸਿੱਧੂ ਦੇ ਉੱਤੇ ਕੋਈ ਸੁਰਖੀ ਕੋਈ ਟਿੱਪਣੀ ਅੱਜ ਕੱਲ੍ਹ ਲੋਕਾਂ ਨੂੰ ਓਨਾ ਅਟਰੈਕਟ ਨਹੀਂ ਕਰਦੀ ਲੇਕਿਨ ਅੱਜ ਵੀ ਸਿਹਰਦ ਲੋਕਾਂ ਨੂੰ ਪਤਾ ਹੈ ਕਿ ਜੇ ਸਿੱਧੂ ਇਮਾਨਦਾਰ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਇਮਾਨਦਾਰ ਕੱਲਿਆਂ ਜੇ ਇਮਾਨਦਾਰ ਹੋ ਸਕਦਾ ਹੈ ਤਾਂ ਫਿਰ ਉਹਨੂੰ ਆਪਣੇ ਚਮਤਕਾਰੀ ਹਸਤੀ ਦੇ ਦਰਸ਼ਨ ਲੋਕਾਂ ਨੂੰ ਕਰਾਉਣੇ ਚਾਹੀਦੇ ਇੱਕ ਵਾਰੀ ਪ੍ਰਸ਼ਾਸਨਿਕ ਨਜ਼ਰੀਏ ਤੋਂ ਹਾਲਾਂਕਿ ਸਿੱਧੂ ਡੋਲਦੇ ਨਜ਼ਰ ਆਉਂਦੇ ਆ ਉਹਨਾਂ ਦੇ ਲਫ਼ਜ਼ਾਂ 'ਚ ਇੱਕ ਸੋਤਾ ਨਹੀਂ ਹੈ ਉਨਾਂ ਦੀ ਬਾਡੀ ਲੈਂਗੁਏਜ ਤੋਂ ਇੰਜ ਨਹੀਂ ਲੱਗਦਾ ਕਿ ਉਹ ਕੌਨਫੀਡੈਂਟ ਨੇ ਇਸ ਵੇਲੇ ਇੱਕ ਭਰਮ ਦੇ ਵਿੱਚ ਨੇ ਇੱਕ ਅਜੀਬ ਤਰ੍ਹਾਂ ਦੀ ਮਨੋਸਥਿਤੀ 'ਚ ਨੇ ਫਿਰ ਵੀ ਇੱਕ ਉਮੀਦ ਆ ਕਿ ਜੇ ਕਾਂਗਰਸ ਨਾਲ ਦੋ ਕਦਮ ਅੱਗੇ ਨਹੀਂ ਜਾਇਆ ਜਾਣਾ ਤਾਂ ਫਿਰ ਹੋਰ ਕਿਹੜੀ ਡਾਗਰ ਕਿਹੜਾ ਰਾਹ ਹੋ ਸਕਦਾ ਸਿੱਧੂ ਨੂੰ ਸਪਸ਼ਟ ਕਰਨਾ ਹੋਊਗਾ ਕਿ ਉਹ ਇਸ ਤਰ੍ਹਾਂ ਦੇ ਮਾਹੌਲ 'ਚ ਨੇ ਕਿ ਕਾਂਗਰਸ ਤੋਂ ਕਿਨਾਰਾ ਕਰਨ ਲਈ ਹੋਰ ਬਹਾਨੇ ਮਿਲ ਸਕਣ ਜੇ ਫਿਰ ਇਸੇ ਹੀ ਦਿਸ਼ਾ ਨੂੰ ਤੁਰਨਾ ਹੈ ਤਾਂ ਹੋਰ ਦੇਰੀ ਕਿਉਂ ਔਰ ਹੋਰ ਦੇਰੀ ਤੋਂ ਬਾਅਦ ਤਿਆਰੀ ਲਈ ਬਾਕੀ ਸਮਾਂ ਕਿ ਬਚੂਗਾ ਤੁਹਾਨੂੰ ਯਾਦ ਹੋਊਗਾ ਕਿ 2017 ਦੀ ਇਲੈਕਸ਼ਨ ਤੋਂ ਪਹਿਲਾਂ ਸਿੱਧੂ ਸਾਹਿਬ ਕਹਿੰਦੇ ਸੀ ਕਿ ਸਮਾਂ ਬੜਾ ਥੋੜਾ ਬਚਿਆ ਵੱਖਰੀ ਪਾਰਟੀ ਬਣਾ ਕੇ ਇਲੈਕਸ਼ਨ ਨਹੀਂ ਲੜੀ ਜਾ ਸਕਦੀ ਸੋ ਬੈਸ ਔਰ ਉਹਨਾਂ ਨੇ ਪ੍ਰਗਟ ਸਿੰਘ ਦੇ ਨਾਲ ਉਹ ਜਿਹੜੀ ਇੱਕ ਗੱਲ ਅੱਗੇ ਤੋਰੀ ਸੀ ਹੌਲੀ ਹੌਲੀ ਉਹ ਖਤਮ ਹੋ ਗਈ ਇਸ ਤੋਂ ਪਹਿਲਾਂ ਕਿ ਸਿੱਧੂ ਦਾ ਤਲਿਸਮ ਪੂਰੀ ਤਰ੍ਹਾਂ ਖਤਮ ਹੋ ਜਾਏ ਸਿੱਧੂ ਨੂੰ ਫੈਸਲਾ ਕਰ ਲੈਣਾ ਚਾਹੀਦਾ ਔਰ ਆਪਣੀ ਹਾਈ ਕਮਾਂਡ ਨੂੰ ਇਹ ਦੱਸ ਦੇਣਾ ਚਾਹੀਦਾ ਕਿ ਜਾਂ ਇਹ ਅਹੁਦਾ ਜਾਂ ਕੁਛ ਨਹੀਂ ਜਾਂ ਫਿਰ ਕਾਂਗਰਸ ਤੋਂ ਹੱਥ ਜੋੜ ਕੇ ਮਾਫੀ ਮੰਗਣ ਪੰਜਾਬ ਲਈ ਏਜੰਡਾ ਸੈੱਟ ਕਰਕੇ ਅਗਲੇ ਰਾ ਚੁਣਨ ਉਹ ਲੋਕ ਜਿਹੜੇ ਸੋਹਿਰਦ ਨੇ ਚੰਗੇ ਨੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਹਾਕ ਮਾਰਨ ਤੇ ਅਗਵਾਈ ਦੇਣ ਬਹੁਤ ਮਿਹਰਬਾਨੀ ਬਹੁਤ ਧੰਨਵਾਦ